ਪਰਮੀਸ਼ ਵਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਮੰਨਿਆ ਪ੍ਰਮੰਨਿਆ ਨਾਮ ਹੈ ਜਿਸ ਨੇ ਇੱਕ ਵਾਰ ਤਾਂ ਪੰਜਾਬੀ ਫਿਲਮ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰਮੀਸ਼ ਵਰਮਾ ਇੱਕ ਉਹ ਨਾਮ ਹੈ ਜਿਸ ਨੇ ਪੰਜਾਬੀ ਗਾਇਕਾਂ ਦੇ ਗਾਣਿਆਂ ਦੀ ਵੀਡੀਓਜ਼ ਨੂੰ ਸ਼ੂਟ ਕੀਤਾ ਅਤੇ ਇੱਕ ਵੱਖਰੇ ਨਾਮ ਨਾਲ ਆਪਣੀ ਪਹਿਚਾਣ ਬਣਾਈ। ਪਰਮੀਸ਼ ਵਰਮਾ ਇੱਕ ਬਹੁਤ ਹੀ ਵਧੀਆ ਨਿਰਦੇਸ਼ਕ ਮੰਨੇ ਜਾਂਦੇ ਹਨ, ਪਰ ਪਰਮੀਸ਼ ਵਰਮਾ ਨਿਰਦੇਸ਼ਨ ਤੋਂ ਇਲਾਵਾ ਇੱਕ ਵਧੀਆ ਐਕਟਰ, ਮਾਡਲ ਅਤੇ ਗਾਇਕ ਵੀ ਹਨ। ਪਰ ਉਹਨਾਂ ਦੀ ਇਸ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਤਾਂ ਸਭ ਨੂੰ ਪਤਾ ਹੈ, ਪਰ ਹੀਰਾ ਬਣਨ ਤੋਂ ਪਹਿਲਾਂ ਰਗੜਾਂ ਖਾਣ ਵਾਲੇ ਉਹਨਾਂ ਦੇ ਇਸ ਸਫ਼ਰ ਬਾਰੇ ਕੋਈ ਨਹੀਂ ਜਾਣਦਾ। ਚਲੋ ਇੱਕ ਨਜ਼ਰ ਮਾਰਦਿਆਂ ਉਹਨਾਂ ਦੇ ਲੰਘ ਚੁੱਕੇ ਮਿਹਨਤ ਵਾਲੇ ਸਫ਼ਰ ਤੇ। ਆਲ ਚੱਕ ਮੈਂ ਆ ਗਿਆ, ਆਲ ਚੱਕ ਮੈਂ ਆ ਗਿਆ। ਪਰਮੇਸ਼ ਵਰਮਾ ਦਾ ਜਨਮ 3 ਜੁਲਾਈ 1986 ਨੂੰ ਪਟਿਆਲਾ, ਪੰਜਾਬ ਦੇ ਇੱਕ ਚੰਗੇ ਘਰ ਵਿੱਚ ਹੋਇਆ। ਪੜ੍ਹਾਈ ਵਿੱਚ ਪਰਮੀਸ਼ ਸ਼ੁਰੂ ਤੋਂ ਹੀ ਕਮਜ਼ੋਰ ਸੀ। ਯਾਦਵਿੰਦਰਾ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਮਗਰੋਂ ਪਰਮੀਸ਼ ਨੇ ਸਿਡਨੀ, ਆਸਟ੍ਰੇਲੀਆ ਵੱਲ ਤਿਆਰੀ ਖਿੱਚ ਲਈ। ਉੱਥੇ ਜਾ ਕੇ ਪਰਮੀਸ਼ ਨੇ ਆਪਣੀ ਅਗਲੀ ਪੜ੍ਹਾਈ ਹੋਟਲ ਮੈਨੇਜਮੈਂਟ ਵਿੱਚ ਸ਼ੁਰੂ ਕੀਤੀ ਅਤੇ ਨਾਲ ਹੀ ਪਰਮੀਸ਼ ਵਰਮਾ ਆਮ ਜਿਹੀਆਂ ਲੇਬਰ ਜੋਬਸ ਕਰਨ ਲੱਗਾ। ਇੱਕ ਬਾਰ ਟੈਂਡਰ ਵਿੱਚ ਭਾਂਡੇ ਧੋਣ ਦੇ ਕੰਮ ਕਰਨ ਵਾਲਾ ਪਰਮੀਸ਼ ਇੱਕ ਦਿਨ ਉਸੇ ਬਾਰ ਵਿੱਚ ਮੈਨੇਜਰ ਬਣ ਗਿਆ ਸੀ। ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ, ਜਿਸ ਮਗਰੋਂ ਪਰਮੀਸ਼ ਨੇ ਪੜ੍ਹਾਈ ਛੱਡ ਕੇ ਇੰਡੀਆ ਨੂੰ ਵਾਪਸੀ ਕਰ ਲਈ ਅਤੇ ਐਕਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਦੀ ਸੋਚੀ। ਪਰਮੀਸ਼ ਨੂੰ ਬਚਪਨ ਤੋਂ ਹੀ ਥੀਏਟਰ ਦਾ ਸ਼ੌਂਕ ਸੀ। ਆਪਣੀ 4th class ਤੋਂ ਹੀ ਪਰਮੀਸ਼ ਨੇ ਥੀਏਟਰ ਸ਼ੁਰੂ ਕਰ ਦਿੱਤਾ ਸੀ। ਪਰਮੀਸ਼ ਦੇ ਪਿਤਾ ਵੀ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ ਅਤੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਪਲੇਸ ਵਿੱਚ ਪਰਮੀਸ਼ ਐਜ਼ ਅ ਚਾਈਲਡ ਆਰਟਿਸਟ ਦੇ ਤੌਰ ਤੇ ਕੰਮ ਕਰਦੇ ਸਨ। ਇੰਨਾ ਹੀ ਨਹੀਂ, ਉਸਦੇ ਪਿਤਾ ਦੇ ਗੁਰਦਾਸ ਮਾਨ ਨਾਲ ਚੰਗੇ ਰਿਲੇਸ਼ਨ ਹੋਣ ਕਰਕੇ ਉਹਨਾਂ ਦੇ ਘਰ ਆਉਣੀ ਜਾਣੀ ਰਹਿੰਦੀ ਸੀ, ਜਿਸ ਕਰਕੇ ਪਰਮੀਸ਼ ਦਾ ਮਨ ਐਕਟਿੰਗ ਲਈ ਹੋਰ ਵੀ ਪੱਕਾ ਹੋ ਗਿਆ ਅਤੇ ਗੁਰਿਕ ਮਾਨ ਨਾਲ ਨਜ਼ਦੀਕੀਆਂ ਹੋਣ ਕਾਰਨ ਪਰਮੀਸ਼ ਨੂੰ ਫਿਲਮ ਜਗਤ ਨਾਲ ਜੁੜਨ ਦਾ ਇੱਕ ਹੋਰ ਕਾਰਨ ਵੀ ਮਿਲ ਗਿਆ। ਆਸਟ੍ਰੇਲੀਆ ਵਾਪਸੀ ਕਰਨ ਮਗਰੋਂ ਪਰਮੀਸ਼ ਨੇ ਲਗਾਤਾਰ 10 ਸਾਲ ਥੀਏਟਰ ਕੀਤਾ, ਜਿਸ ਮਗਰੋਂ ਪਰਮੀਸ਼ ਨੇ ਆਪਣੀ ਡਾਇਰੈਕਟ ਕੀਤੀ ਹੋਈ ਪਹਿਲੀ ਫਿਲਮ ਪੰਜਾਬ ਬੋਲਦਾ ਲੋਕਾਂ ਦੇ ਰੂਬਰੂ ਕੀਤੀ। ਪਰ ਇਸ ਨਾਲ ਪਰਮੀਸ਼ ਨੂੰ ਕੁਝ ਖਾਸ ਸਫਲਤਾ ਹਾਸਲ ਨਹੀਂ ਹੋਈ। ਇਸ ਮਗਰੋਂ ਜਲਦ ਹੀ ਪਰਮੀਸ਼ ਨੇ ਆਪਣਾ ਪਰਮੀਸ਼ ਵਰਮਾ ਫਿਲਮਜ਼ ਦੇ ਨਾਮ 'ਤੇ ਪ੍ਰੋਡਕਸ਼ਨ ਹਾਊਸ ਲਾਂਚ ਕੀਤਾ, ਜਿਸ ਹੇਠ ਪਰਮੀਸ਼ ਨੇ ਕਈ ਹੋਰ ਨਾਮੀ ਸਿੰਗਰਾਂ ਦੇ ਗਾਣਿਆਂ ਦੀਆਂ ਵੀਡੀਓਜ਼ ਨੂੰ ਡਾਇਰੈਕਟ ਕੀਤਾ, ਜਿਨ੍ਹਾਂ ਵਿੱਚ ਫੇਮਸ ਗਾਣੇ ਆਦਤ, ਗੱਲ ਜੱਟਾਂ ਵਾਲੀ, ਗੱਲਾਂ ਮਿੱਠੀਆਂ, ਹੋਰ ਅਨੇਕਾਂ ਵੀਡੀਓਜ਼ ਨੂੰ ਡਾਇਰੈਕਟ ਕੀਤਾ। ਪਰ ਨਿੰਜਾ ਦੇ ਗਾਣੇ ਠੋਕਦਾ ਰਿਹਾ ਨਾਲ ਪਰਮੀਸ਼ ਨੇ ਇੰਡਸਟਰੀ ਵਿੱਚ ਬਹਿਜਾ ਬਹਿਜਾ ਕਰਵਾ ਦਿੱਤੀ ਸੀ। ਨਾਲ ਹੀ ਪਰਮੀਸ਼ ਨੇ ਇਸ ਵੀਡੀਓ ਵਿੱਚ ਐਜ਼ ਏ ਮਾਡਲ ਦੇ ਤੌਰ 'ਤੇ ਕੰਮ ਕੀਤਾ। ਬਸ ਇਸ ਮਗਰੋਂ ਪਰਮੀਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਇੱਕ ਤੋਂ ਇੱਕ ਹਿੱਟ ਵੀਡੀਓਜ਼ ਲੋਕਾਂ ਦੇ ਰੂਬਰੂ ਕੀਤੇ ਅਤੇ ਫੈਨ ਫੋਲੋਇੰਗ ਖੱਟੀ। 2014 ਵਿੱਚ ਪਰਮੀਸ਼ ਨੇ ਆਸਟ੍ਰੇਲੀਆ ਵਿੱਚ ਆਪਣੀ ਜ਼ਿੰਦਗੀ ਦੇ ਸੰਘਰਸ਼ ਉੱਪਰ ਇੱਕ ਗੀਤ ਲਿਖਿਆ ਅਤੇ ਫਿਲਮਾਇਆ ਸੀ, ਜਿਸ ਨਾਲ ਉਸਨੂੰ ਕੁਝ ਫੇਮ ਮਿਲੀ। ਆਪਣੇ ਨਿਰਦੇਸ਼ਨ ਤੋਂ ਇਲਾਵਾ ਪਰਮੀਸ਼ ਨੇ ਰੌਕੀ ਮੈਂਟਲ ਨਾਲ ਵੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਦਾਕਾਰੀ ਨਾਲ ਜਗ੍ਹਾ ਬਣਾਈ। ਪਰਮੀਸ਼ ਵਰਮਾ ਆਪਣੀ ਗਾਇਕੀ ਨਾਲ ਵੀ ਆਪਣੇ ਸਰੋਤਿਆਂ ਦਾ ਦਿਲ ਜਿੱਤਦੇ ਰਹੇ। ਆਪਣੇ ਲੇਟੈਸਟ ਗਾਣੇ ਸਭ ਫੜੇ ਜਾਣਗੇ ਨਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਹੇ ਹਨ। ਪਰਮੀਸ਼ ਵਰਮਾ ਆਪਣੇ ਅਖਾੜਿਆਂ ਤੇ ਵੀ ਫੈਨਸ ਨੂੰ ਖੂਬ ਨਚਾਉਂਦੇ ਹਨ। ਕੁੱਲ ਮਿਲਾ ਕੇ ਪਰਮੀਸ਼ ਵਰਮਾ ਇੱਕ ਫਿਲਮ ਜਗਤ ਦਾ ਮੁਕੰਮਲ ਪੈਕੇਜ ਹੈ, ਜਿਸ ਵਿੱਚ ਫਿਲਮ ਜਗਤ ਦੀਆਂ ਸਭ ਤੋਂ ਵੱਧ ਖੂਬੀਆਂ ਹਨ ਅਤੇ ਜਿਨ੍ਹਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਹਾਲ ਹੀ 'ਚ ਪਰਮੀਸ਼ ਜੈਪੁਰ ਮਿਊਜ਼ਿਕ ਸ਼ੋਅ ਵਿੱਚ ਮਸਰੂਫ ਹਨ। 2018 ਵਿੱਚ ਆਪਣੇ ਗਾਲ ਨਹੀਂ ਕੱਢਣੀ ਗਾਣੇ ਨਾਲ ਮੋਸਟ ਪਾਪੂਲਰ ਗੀਤ ਦਾ ਅਵਾਰਡ ਵੀ ਹਾਸਲ ਕਰ ਚੁੱਕੇ ਹਨ ਪਰਮੀਸ਼ ਵਰਮਾ। ਇੱਕ ਹੋਰ ਘਟਨਾ ਉਹਨਾਂ ਦੀ ਜ਼ਿੰਦਗੀ ਨਾਲ ਇਹ ਜੁੜੀ ਹੈ ਕਿ ਉਹਨਾਂ 'ਤੇ ਇੱਕ ਕਾਤਲਾਨਾ ਹਮਲਾ ਦਿਲਪ੍ਰੀਤ ਸਿੰਘ ਟਾਹਾ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਨੇ ਬੜੀ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ। ਪਰ ਇੱਕ ਗੋਲੀ ਉਹਨਾਂ ਦੇ ਗੋਡੇ ਉੱਤੇ ਲੱਗੀ ਸੀ, ਜਿਸ ਮਗਰੋਂ ਉਹ ਹਸਪੀਟਲ ਵੀ ਦਾਖਲ ਰਹੇ। ਪਰ ਉਹਨਾਂ ਵੱਲੋਂ ਆਪਣੇ ਫੈਨਸ ਦੀਆਂ ਦੁਆਵਾਂ ਸਦਕਾ ਬਚਨ ਤੇ ਸੋਸ਼ਲ ਮੀਡੀਆ ਤੇ ਫੈਨਸ ਦਾ ਧੰਨਵਾਦ ਕਰਨ ਲਈ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ। ਹੁਣ ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਅਗਲੀ ਫਿਲਮ ਸਿੰਘਮ, ਜੋ ਕਿ ਬਾਲੀਵੁੱਡ ਅਜੇ ਦੇਵਗਨ ਦੀ ਫਿਲਮ ਦਾ ਪੰਜਾਬੀ ਰੀਮੇਕ ਹੈ, ਨੂੰ ਜਲਦ ਹੀ ਲੈ ਕੇ ਲੋਕਾਂ ਦੇ ਰੂਬਰੂ ਹੋਣਗੇ। ਇਸ ਵਿੱਚ ਪਰਮੀਸ਼ ਵਰਮਾ ਸੋਨਮ ਬਾਜਵਾ ਨਾਲ ਵੱਡੇ ਪਰਦੇ ਤੇ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਸੋ ਇਹ ਸੀ ਹੁਣ ਤੱਕ ਦਾ ਸਫ਼ਰ ਪਰਮੀਸ਼ ਵਰਮਾ ਦੀ ਜ਼ਿੰਦਗੀ ਬਾਰੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਖੂਬ ਪਸੰਦ ਆਈ ਹੋਵੇਗੀ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਨਿਊਜ਼ ਡੈਸਕ ਤੋਂ ਭੁਪਿੰਦਰ ਪਨੇਸਰ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ TV।